समराला नेड़े ललोड़ी कलां विखे रिश्ते च भैण भरा लगदे मुंडा कुड़ी वल्लों जहर खा के अपनी जीवन लीला समाप्त कर लैण दा मामला सामने आया है। पुलिस ने जानकारी दिंदे दस्या कि मृतक कुड़ी मुंडे कोलों सुसाइड नोट बरामद होया है जिस विच उन्हां ने लिखा सी कि असी अपनी जीवन लीला अपनी मर्जी नाल समाप्त कर रहे हां क्योंकि असी एक दूजे तों बिना नहीं रह सकते, जिस ते 174 दी कारवाई कर लाशां वारसां दे हवाले कर दित्तियां हन। इस बारे पिंड ललोड़ी कलां दे सरपंच दा की कहना रहा, आओ तुसीं वी सुणो। ਸ਼ਰਦ ਜੀ ਜੀ ਕੀ ਹੋਇਆ ਤੁਹਾਡੇ ਪਿੰਡ ਦਾ ਜਿਹੜਾ ਇੱਕ ਕੁੜੀ ਤੇ ਮੁੰਡੇ ਦੇ ਸੁਸਾਈਡ ਕੀਤਾ ਜੀ? ਉਹ ਤਾਂ ਹੁਣ ਦੱਸਣ ਤੇ ਪਤਾ ਲੱਗਿਆ ਵੀ ਇਹਨਾਂ ਨੇ ਕਿਤੇ ਰਾਤ ਕਿਤੇ ਕੁਛ ਡਿਪਰੈਸ਼ਨ 'ਚ ਰਹਿੰਦੇ ਸੀਗੇ, ਮੁੰਡਾ ਵੀ ਡਿਪਰੈਸ਼ਨ, ਕੁੜੀ ਵੀ ਡਿਪਰੈਸ਼ਨ 'ਚ ਰਹਿੰਦੀ, ਉਹਨਾਂ ਨੇ ਕੁਛ ਨਾ ਕੁਛ ਖਾਪ ਪੂਜਿਆ। ਕੀ ਦੋਨੋਂ ਇਹ ਰਿਸ਼ਤੇਦਾਰ ਨੇ ਜੀ? ਕੀ ਆਸ ਵਿੱਚ ਹੀ ਰਿਸ਼ਤੇਦਾਰ? ਕਿੰਨੀ ਕਿੰਨੀ ਉਮਰ ਆ ਜੀ ਤਕਰੀਬਨ? ਮੁੰਡੇ ਦੀ ਉਮਰ 23 ਸਾਲ ਆ, ਕੁੜੀ ਦੀ 18-19 ਸਾਲ ਉਮਰ। ਪ੍ਰਦੀਪ ਸਿੰਘ ਮੁੰਡਾ ਸੀਗਾ ਜੀ, ਸਾਨੂੰ ਸਤਨਾਮ ਸਿੰਘ ਤੇ ਅਮਨਦੀਪ ਕੌਰ ਪੁੱਤਰੀ ਕੁਲਦੀਪ ਸਿੰਘ, ਤੇ ਇਹਨਾਂ ਨੇ ਰਾਤ ਜ਼ਹਿਰ ਪੀ ਲਈ ਸੀਗੀ ਤੇ ਇੱਕ ਸੁਸਾਈਡ ਨੋਟ ਵੀ ਮਿਲਿਆ ਜਿਹਦੇ 'ਚ ਲਿਖਿਆ ਸੀ ਆਪਣੀ ਮਰਜ਼ੀ ਨਾਲ ਆਪਣੀ ਜੀਵਨ ਲੀਲਾ ਖਤਮ ਕਰਨੇ ਨੇ, ਜਿਹਦੇ ਵਿੱਚ ਕਿਸੇ ਦਾ ਕੋਈ ਕਸੂਰ ਹੀ ਨਾ ਸੀ, ਕਿਸੇ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਤੇ ਲੜਕੇ ਦੇ ਪਿਤਾ ਤੇ ਲੜਕੀ ਦੀ ਮਾਤਾ ਦੇ ਤੌਰ ਦੇ ਬਿਆਨ ਲਿਖ ਕੇ ਐਸੀ 174 ਦੀ CRPC ਤਹਿਤ ਕਾਰਵਾਈ ਅਮਲ 'ਚ ਲਿਆਂਦੀ। ਸੁਸਾਈਡ ਦੇ ਵਿੱਚ ਕੀ ਨੋਟ ਦੇ ਵਿੱਚ ਆਇਆ ਜੀ? ਲਿਖਿਆ ਉਹਨਾਂ ਲਿਖਿਆ ਜੀ, ਅਸੀਂ ਇੱਕ ਦੂਜੇ ਦੇ ਬਹੁਤ ਕਲੋਜ਼ ਹਾਂ, ਅਸੀਂ ਵੱਖ ਨਹੀਂ ਰਹਿ ਸਕਦੇ, ਆਪਣੀ ਮਰਜ਼ੀ ਨਾਲ ਅਸੀਂ ਆਪਣੀ ਜੀਵਨ ਲੀਲਾ ਸਮਾਪਤ ਕਰਦੇ ਹਾਂ। ਕੀ ਕੋਈ ਰਿਸ਼ਤੇਦਾਰੀ ਵੀ ਹੈਗੀ ਉਹਨਾਂ ਦੀ? ਹਾਂ, ਕਾਫੀ ਕਲੋਜ਼ ਰਿਸ਼ਤੇਦਾਰ ਨੇ, ਚਲੋ ਆਪਾਂ ਕੱਲ੍ਹ ਨੂੰ ਦੱਸਣਾ ਜ਼ਿਆਦਾ, ਅਤੇ ਕਰੀਬੀ ਰਿਸ਼ਤੇਦਾਰ ਨੇ। ਕੀ ਕਾਰਵਾਈ ਕੀਤੀ ਜੀ? 174 CRPC ਤਹਿਤ ਕਾਰਵਾਈ ਹੋਈ ਜੀ। ਅਤੇ ਲਾਸ਼ਾਂ ਨੂੰ ਪੋਸਟਮਾਰਟਮ ਵਗੈਰਾ? ਹਾਂ, ਚੱਲਿਆ ਪੋਸਟਮਾਰਟਮ ਕਰਾਉਣ ਚੱਲਿਆ ਜੀ, ਅਤੇ ਪੋਸਟਮਾਰਟਮ ਕਰਾ ਕੇ ਇਹਨਾਂ ਦੀ ਹਵਾਲੇ ਕਰ ਦਾਂਗੇ। ਪ੍ਰਾਈਮ ਉਹਦੇ ਲਈ ਸਮਰਾਲਾ ਤੋਂ ਪਰਮਿੰਦਰ ਵਰਮਾ ਦੇ ਨਾਲ ਹਨੀਸ਼ ਕੌਸ਼ਲ ਦੀ ਰਿਪੋਰਟ।